1650 ਈਸਵੀ ਤੋਂ ਲੈ ਕੇ 1827 ਈਸਵੀ ਤੱਕ ਰਾਜ ਕੀਤਾ। ਮੇਰੇ ਪਤੀ ਦਾ ਨਾਮ ਬਾਦਸ਼ਾਹ ਜਹਾਂਗੀਰ ਸੀ। ਮੈਂ ਉਸ ਵਕਤ ਦੇ ਰਵਾਇਤੀ ਅਸੂਲਾਂ ਨੂੰ ਛੱਡ ਕੇ ਆਪਣੇ ਪਤੀ ਬਾਦਸ਼ਾਹ ਜਹਾਂਗੀਰ ਨਾਲ ਬੈਠ ਕੇ ਖੁੱਲ੍ਹੇਆਮ ਸ਼ਾਸਨ ਪ੍ਰਬੰਧ ਚਲਾਇਆ। ਸ਼ਿਕਾਰ ਕਰਨਾ, ਸਲਾਹ ਦੇਣੀ, ਹੁਕੂਮਤ ਸਿੱਕੇ ਜਾਰੀ ਕਰਨੇ, ਇਮਾਰਤਾਂ ਡਿਜ਼ਾਇਨ ਕਰਨੀਆਂ ਆਦਿ ਮੇਰੇ ਸ਼ੌਕ ਸਨ। ਮੈਂ ਮਹੱਤਵਪੂਰਨ ਮੁੱਦਿਆਂ ਉੱਤੇ ਸਲਾਹ ਦਿੱਤੀ ਅਤੇ ਕਈ ਵਾਰ ਹੁਕੂਮਤ ਸਿੱਕੇ ਵੀ ਜਾਰੀ ਕੀਤੇ। 1626 ਈਸਵੀ ਵਿੱਚ ਜਦੋਂ ਮੇਰੇ ਪਤੀ ਬਾਦਸ਼ਾਹ ਜਹਾਂਗੀਰ ਕਸ਼ਮੀਰ ਦੇ ਰਸਤੇ ਵਿੱਚ ਬਾਗੀਆਂ ਦੁਆਰਾ ਮੁਹੰਮਦ ਖਾਨ ਦੀ ਅਗਵਾਈ ਵਿੱਚ ਬੰਦੀ ਬਣਾ ਲਏ ਗਏ ਤਾਂ ਮੈਂ ਇੱਕ ਵੱਡੀ ਭੂਮਿਕਾ ਅਦਾ ਕੀਤੀ। ਮੈਂ ਖੁਦ ਇੱਕ ਜੰਗੀ ਹਾਥੀ 'ਤੇ ਬੈਠ ਕੇ ਅਗਵਾਈ ਕੀਤੀ, ਪਰੰਤੂ ਬਾਗੀਆਂ ਤੋਂ ਹਾਰ ਗਈ। ਥੋੜ੍ਹੇ ਹੀ ਸਮੇਂ ਵਿੱਚ ਬਾਗੀਆਂ ਦੀ ਨੱਕ ਹੇਠ ਇੱਕ ਫੌਜੀ ਟੁਕੜੀ ਤਿਆਰ ਕਰਕੇ ਬਚਾਅ ਦਾ ਰਾਹ ਲੱਭ ਲਿਆ। ਮੈਂ ਬਾਗੀਆਂ ਨੂੰ ਹਰਾ ਕੇ ਆਪਣੇ ਪਤੀ ਬਾਦਸ਼ਾਹ ਜਹਾਂਗੀਰ ਨੂੰ ਰਿਹਾਅ ਕਰਵਾਇਆ।